ਗੱਲ ਕਰਾਂਗੇ ਹਰਦੀਪ ਸਿੰਘ ਨਿਜਰ ਕਤਲकांड ਤੋਂ ਬਾਅਦ ਹੋਈਆਂ ਗੱਲਾਂ ਦੀ ਪ੍ਰਤੀਕਿਰਿਆਵਾਂ ਦੀ ਇਸ ਦੇ ਨਾਲ ਪ੍ਰਭਾਵ ਆਮ ਲੋਕਾਂ ਤੇ ਕੀ ਪੈ ਰਿਹਾ ਹੈ ਨਿਜਰ ਕਾਂਡ ਵਾਪਰਨ ਤੋਂ ਬਾਅਦ ਇੱਕਦਮ ਕੈਨੇਡਾ ਦੇ ਪੀਐਮ ਬੋਲੇ ਆਪਣੀ ਅਸੈਂਬਲੀ ਚ ਉੱਤ ਤੋਂ ਬਾਅਦ ਕਾਫੀ ਰੌਲਾ ਪੈ ਗਿਆ ਇਹ ਜਿਹੜੀ ਦੋਨਾਂ ਮੁਲਕਾਂ ਚ ਤਣਾਅ ਪੈਦਾ ਹੋਇਆ ਉਹ ਜਿਸ ਦਿਨ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਉਸ ਦਿਨ ਨਹੀਂ ਪੈਦਾ ਹੋਇਆ ਜਿਹੜੀ ਕੈਨੇਡਾ ਦੀ ਨਿਊਕਲੀਅਰ ਛਤਰੀ ਹੈ ਉਹ ਅਮਰੀਕਾ ਨੇ ਦਿੱਤੀ ਹੋਈ ਕਿ ਅਗਰ ਕੈਨੇਡਾ ਤੇ ਕੋਈ ਹਮਲਾ ਕਰੇਗਾ ਤੇ ਨਿਊਕਲੀਅਰ ਦੀ ਪ੍ਰੋਟੈਕਸ਼ਨ ਸਿਕਿਉਰਿਟੀ ਅਮਰੀਕਾ ਤੋਂ ਉਹਨੇ ਲਈ ਹੋਈ ਭਾਰਤ ਨਾਲ ਕੋਈ ਮੁਲਕ ਨਹੀਂ ਖੜਾ ਜਿਹੜਾ ਪ੍ਰਤੀਕਰਮ ਹੋਇਆ ਇੰਡੀਆ ਦਾ ਇੰਡੀਆ ਨੇ ਕੈਨੇਡੀਅਨ ਨੂੰ ਵੀ ਦੇ ਦੇਣੇ ਬੰਦ ਕਰਤੇ ਇੰਡੀਆ ਹੁਣ ਉਹਦੇ ਸਮੱਸਿਆ ਇਹ ਹੈ ਕਿ ਜਿਹੜਾ ਪੰਜਾਬ ਦੇ ਲੋਗ ਹੈ ਇਹ ਵਿਆਹਾਂ ਦਾ ਸੀਜ਼ਨ ਹੈ ਇਹ ਸਰਦੀ ਦੇ ਮੌਸਮ ਚ ਇੱਧਰ ਆ ਜਾਂਦੇ ਆ ਸੋ ਉਹਨਾਂ ਦੇ ਰਸਤੇ ਚ ਬਹੁਤ ਵੱਡੀ ਰੁਕਾਵਟ ਬਣਦੀ ਸਾਡੇ ਵਦੇਸ਼ ਮੰਤਰੀ ਜੈ ਸ਼ੰਕਰ ਜੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕੈਨੇਡਾ ਦੇ ਵਿਜੇ ਬੰਦ ਕੀਤੇ ਨੇ ਜਲਦੀ ਖੋਲਣਾ ਚਾਹੁੰਦੇ ਹਾਂ ਪਰ ਅਸੀਂ ਉਦੋਂ ਖੋਲਾਂਗੇ ਜਦੋਂ ਸਾਨੂੰ ਇਹ ਸੰਤੁਸ਼ਟੀ ਹੋ ਜਾਏਗੀ ਕਿ ਸਾਡਾ ਜਿਹੜਾ ਉੱਥੇ ਡਿਪਲੋਮੈਟਿਕ ਸਟਾਫ ਹੈ ਉਸ ਦੀ ਪੂਰੀ ਸਿਕਿਉਰਿਟੀ ਮਿਲ ਗਈ ਹੈ ਇਸ ਦਿਨ ਉੱਥੇ ਪ੍ਰੋਟੈਸਟ ਨਿਕਲੇ ਕੈਨੇਡਾ 'ਚ ਜਿਦੇ ਵਿੱਚ ਉਹਨਾਂ ਨੇ ਡਿਪਲੋਮੈਟਸ ਨੂੰ ਥ੍ਰੈਟ ਵਾਲੇ 플ੈਕਸ ਨਾਲ ਪ੍ਰੋਸੀਸ਼ਨ ਕਰਦੇ ਪ੍ਰਦਰਸ਼ਨੀ ਕੀਤੀ ਇਹ ਤੇ ਉਦੋਂ ਲੱਗਣਾ ਚਾਹੀਦਾ ਸੀ ਦੂਜਾ ਦੋਸ਼ ਲਾਇਆ ਇੰਡੀਆ ਨੇ ਕਿ ਜਿਹੜੇ ਡਿਪਲੋਮੈਟ ਕੈਨੇਡਾ ਦੇ ਇੰਡੀਆ 'ਚ ਐ ਐਂਟੀ ਭਾਰਤ ਐਕਟੀਵਿਟੀ ਕਰਦੇ ਕੱਲ ਵੀ ਜੈ ਸ਼ੰਕਰ ਨੇ ਕਿਹਾ ਕਹਿੰਦਾ ਹਲੇ ਅਸੀਂ ਉਹ ਜਿਹੜੇ ਇਹਨਾਂ ਦੇ ਵਿਰੁੱਧ ਤਖਨ ਅਸੀਂ ਪਬਲਿਕ ਨਹੀਂ ਕਰ ਰਹੇ ਜਨਤਕ ਨਹੀਂ ਕਰ ਰਹੇ ਅਸੀਂ ਸਮਾਨਾਂ ਤੇ ਉਹ ਵੀ ਜਨਤਕ ਕਰਦੇ ਕੈਨੇਡਾ ਨੇ ਇੰਡੀਆ ਦੇ ਵਿਰੁੱਧ ਸਾਰੀ ਦੁਨੀਆ 'ਚ ਪ੍ਰਚਾਰ ਇਸ ਗੱਲ ਦਾ ਕਰ ਦਿੱਤਾ ਕਿ ਜਿਹੜੀ ਇੰਡੀਆ ਦੀ ਸਟੇਟ ਹੈ ਭਾਰਤ ਦੀ ਸਟੇਟ ਹੈ ਇਹ ਦੂਸਰੇ ਮੁਲਕਾਂ ਵਿੱਚ ਜਾ ਕੇ ਉੱਥੋਂ ਦੇ ਸਿਟੀਜ਼ਨ ਨੂੰ ਅਸੈਸੀਨੇਟ ਕਰ ਗਏ ਇਸ ਬਦਨਾਮੀ ਚੋਂ ਨਿਕਲਣ ਦਾ ਭਾਰਤ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿਉਂਕਿ ਭਾਰਤ ਨਾਲ ਕੋਈ ਦੇਸ਼ ਖੜਾ ਨਹੀਂ। ਮੁਜੇ ਤੋਂ ਤੱਕ ਰਹੀ ਗੱਲ ਕੈਨੇਡਾ ਭਾਰਤ ਦੀ ਕਿ ਹੁਣੇ ਮਸਲੇ ਦੇ ਵਿੱਚ ਜੇਕਰ ਭਾਰਤ ਸਾਰੇ ਪਾਸਿਓਂ ਘਿਰ ਚੁੱਕਿਆ ਬੇਵਸਜਾ ਨਜ਼ਰ ਆ ਰਿਹਾ ਹੈ ਫਿਰ ਮਸਲੇ ਦੇ ਹੱਲ ਕਿਵੇਂ ਨਿਕਲਣਗੇ। ਅੰਮ੍ਰਿਤ ਪ੍ਰਸਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅਸੀਂ ਚੱਲਦੇ ਫਿਰਦੇ ਕਿੱਸਿਆਂ 'ਚ ਗੱਲ ਕਰਾਂਗੇ ਹਰਦੀਪ ਸਿੰਘ ਨਿੱਜਰ ਕਤਲकांड ਤੋਂ ਬਾਅਦ ਹੋਈਆਂ ਗੱਲਾਂ ਦੀ ਪ੍ਰਤੀਕਿਰਿਆਵਾਂ ਦੀ ਭਾਰਤ ਦੇ ਆਪਣੇ ਸਟੈਂਡ ਦੀ ਕੈਨੇਡਾ ਦੇ ਆਪਣੇ ਸਟੈਂਡ ਦੀ ਔਰ ਕਿਹੜਾ ਮੁਲਕ ਕਿਸ ਨਾਲ ਜਿਹੜਾ ਖੜਾ ਥਾਪੜਾ ਦੇ ਰਿਹਾ ਕਿਸ ਨੂੰ ਗਲਤ ਕਹਿ ਰਿਹਾ ਕਿਸ ਨੂੰ ਸਹੀ ਕਹਿ ਰਿਹਾ ਕਿਹੜੇ-ਕਿਹੜੇ ਹਵਾਲੇ ਦਿੱਤੇ ਜਾ ਰਹੇ ਨੇ ਮੁਲਕਾਂ ਵੱਲੋਂ ਔਰ ਇਸ ਦੇ ਨਾਲ ਪ੍ਰਭਾਵ ਆਮ ਲੋਕਾਂ ਤੇ ਕੀ ਪੈ ਰਿਹਾ ਚਲਦੇ ਫਿਰਦੇ ਕਿੱਸਿਆਂ 'ਚ ਗੱਲਬਾਤ ਕਰਨ ਲਈ ਮੇਰੇ ਨਾਲ ਅਮਰੇ ਪ੍ਰਸਾਰ ਤੇ ਹਾਜ਼ਰ ਨੇ ਸੀਨੀਅਰ ਪੱਤਰਕਾਰ ਚੰਚਲ ਮਨੋਰ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਨਿਜਰ ਕਾਂਡ ਵਾਪਰਨ ਤੋਂ ਬਾਅਦ ਹਾਲਾਂਕਿ ਅੱਜ ਦੀ ਘਟਨਾ ਨਹੀਂ ਹੈ ਜੂਨ ਮਹੀਨੇ ਦੀ ਗੱਲ ਹੋਈ ਹੋਈ ਕਿੱਥੇ ਗੱਲਾਂ ਆਉਂਦੀਆਂ ਆਉਂਦੀਆਂ ਇੱਕਦਮ ਕੈਨੇਡਾ ਦੇ ਪੀਐਮ ਬੋਲੇ ਆਪਣੀ ਅਸੈਂਬਲੀ ਚ ਉਸ ਤੋਂ ਬਾਅਦ ਕਾਫੀ ਰੌਲਾ ਪੈ ਗਿਆ ਜਿਹੜੇ ਹੁਣ ਤੱਕ ਪ੍ਰਭਾਵ ਸਾਹਮਣੇ ਆਏ ਐ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਦਾ ਸਵਾਲ ਹੀ ਮੇਰੇ ਹੈ ਕਿ ਭਾਰਤ ਨਾਲ ਕੌਣ ਖੜਾ ਹੈ ਤੇ ਕੈਨੇਡਾ ਨਾਲ ਇਸ ਮਸਲੇ ਤੇ ਕੌਣ ਖੜਾ ਅੱਜ ਦੀ ਘੜੀ ਦੇਖੋ ਇਹ ਬੜਾ ਵਧੀਆ ਸਵਾਲ ਤੁਸੀਂ ਕੀਤਾ ਹੈ ਇੱਕ ਗੱਲ ਸਾਡੇ ਦਰਸ਼ਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਇਹ ਜਿਹੜੀ ਦੋਨਾਂ ਮੁਲਕਾਂ 'ਚ ਤਣਾਅ ਪੈਦਾ ਹੋਇਆ ਹੈ ਉਹ ਜਿਸ ਦਿਨ ਨਿਜਰ ਦੀ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਜੀ ਉਸ ਦਿਨ ਨਹੀਂ ਪੈਦਾ ਹੋਇਆ ਜੀ ਉਹਨਾਂ ਦੀਆਂ ਏਜੰਸੀਆਂ ਬੜੇ ਲੰਬੇ ਸਮੇਂ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੀਆਂ ਸਨ ਕੁਝ ਤੱਥ ਉਹਨਾਂ ਨੇ ਲੱਭੇ ਉਹ ਜਲੀ ਹੋਈ ਕਾਰ ਵੀ ਲੱਭ ਗਈ ਜਿਹਦੇ ਚੋਂ ਮਾਰ ਕੇ ਗਏ ਸੀ ਪਰ ਉਹ ਜਿਹੜੀ ਅਸਲੀਅਤ ਸੀਗੀ ਕਿ ਨੀਡਲ ਆਫ ਡਾਊਟ ਸ਼ੱਕ ਦੀ ਸੂਈ ਕਿੱਦੇ ਤੇ ਆਂਦੀ ਏ ਉਹਦੇ ਤੱਕ ਜੇ ਅਪੜ ਵੀ ਗਏ ਸੀ ਤਾਂ ਉਹਨਾਂ ਚ ਹਿੰਮਤ ਨਹੀਂ ਸੀ ਕੈਨੇਡਾ ਚ ਇਹ ਕਹਿੰਦੀ ਜੀ ਕਿ ਇਹ ਭਾਰਤ ਦੀਆਂ ਏਜੰਸੀਆਂ ਨੇ ਕਰਾਇਆ ਪਰ ਜਿਹੜੇ 5 I ਬੋਲ ਕਨ ਜੀ ਜਿਦੇ ਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਇਹ ਪੰਜ ਕੰਟਰੀਜ਼ ਜੀ ਇਹਨਾਂ ਮੁਲਕਾਂ ਦੀ ਆਪੋ ਵਿੱਚ ਇਹਨਾਂ ਨੂੰ 5I ਕਿਉਂ ਕਿਹਾ ਜਾਂਦਾ ਇਹ ਸਾਨੂੰ ਸਮਝਣ ਦੀ ਲੋੜ ਹੈ ਇਹ ਆਪੋ ਵਿੱਚ ਦੁਨੀਆ ਭਰ ਦੀ ਜਿਹੜੀ ਵੀ ਇੰਟੈਲੀਜੈਂਸ ਇਹਨਾਂ ਕੋਲ ਇਹਨਾਂ ਦੀਆਂ ਏਜੰਸੀਆਂ ਇਕੱਠੀ ਕਰਦੀਆਂ ਕਿਉਂਕਿ ਪੋਲੀਟੀਸ਼ੀਅਨ ਆਪਕੇ ਨਹੀਂ ਜਾਂਦੇ ਨਾ ਪ੍ਰਾਈਮ ਮਿਨਿਸਟਰ ਜਾਂਦਾ ਉਸ ਮੁਲਕ ਦੀਆਂ ਜਿਹੜੀਆਂ ਕੁਫੀਆ ਏਜੰਸੀਆਂ ਹੁੰਦੀਆਂ ਜਦੋਂ ਵੀ ਕੋਈ ਐਵੋਜੀ ਘਟਨਾ ਵਾਪਰੀ ਜਿਵੇਂ ਨਿੱਜਰ ਦਾ ਕਤਲ ਹੋਇਆ ਗੁਰਦੁਆਰੇ ਦੇ ਪੰਪੌਂਡ ਤੇ ਤੋਂ ਬਾਅਦ ਕਿਉਂਕਿ ਨਿਜਰ ਸਿਟੀਜਨ ਸੀਗਾ ਕੈਨੇਡਾ ਦਾ ਜੀ ਤਾਂ ਕੈਨੇਡਾ ਨੂੰ ਉਹਦੇ ਖਾਲਿਸਤਾਨ ਨਾਲ ਕੁਝ ਨਹੀਂ ਲੈਣਾ ਦੇਣਾ ਉਹਦੀ ਵਿਚਾਰਧਾਰਾ ਨਾਲ ਕੁਝ ਨਹੀਂ ਲੈਣਾ ਦੇਣਾ ਕੈਨੇਡਾ ਦਾ ਤੇ ਇਹ ਹੈ ਕਿ ਸਾਡੇ ਸਿਟੀਜਨ ਨੂੰ ਸਾਡੀ ਧਰਤੀ ਤੇ ਬਾਹਰਲੀਆਂ ਤਾਕਤਾਂ ਆ ਕੇ ਮਾਰਗੀਆਂ ਇਹ ਸਾਡੀ ਸਵਰਾਇਟੀ ਨੂੰ ਸਾਡੀ ਪ੍ਰਭੂਸੱਤਾ ਨੂੰ ਸਾਡੀ ਦੇਸ਼ ਦੀ ਆਜ਼ਾਦੀ ਨੂੰ ਚੁਣੌਤੀ ਦਿੱਤੀ ਹੈ ਕਿਸੇ ਮੁਲਕ ਨੇ ਬਿਲਕੁਲ ਪਰ ਇਹ ਸੂਚਨਾ ਕਿਹਨੇ ਦਿੱਤੀ ਉਹਨਾਂ ਨੂੰ ਅਮਰੀਕਾ ਨੇ ਹਮ ਅਮਰੀਕਾ ਦੀਆਂ ਏਜੰਸੀਆਂ ਨੇ ਇਹ ਇਕੱਠੀ ਕੀਤੀ ਕਿਉਂਕਿ ਅਮਰੀਕਾ ਕੋਲ ਜਏ ਜੰਤਰ ਹੈਗੇ ਨੇ ਜਿਹੜੇ ਦੁਨੀਆ ਨੂੰ ਹਲੇ ਵੀ ਨਹੀਂ ਪਤਾ ਲੱਗਦੇ ਹਮ ਜਿਹੜੇ ਕਿ ਜਿੰਨੀਆਂ ਮੋਬਾਈਲ ਤੇ ਗੱਲਾਂ ਹੁੰਦੀਆਂ ਉਹਨਾਂ ਨੂੰ ਉਹ ਫੜ ਲੈਂਦੇ ਇਹ ਕਿਉਂ ਫੜਦੇ ਨੇ ਜਿਹੜੀ ਕੈਨੇਡਾ ਦੀ ਨਿਊਕਲੀਅਰ ਛਤਰੀ ਹੈ ਉਹ ਅਮਰੀਕਾ ਨੇ ਦਿੱਤੀ ਹੋਈ ਹੈ ਕਿ ਅਗਰ ਕੈਨੇਡਾ ਤੇ ਕੋਈ ਹਮਲਾ ਕਰੇਗਾ ਤੇ ਨਿਊਕਲੀਅਰ ਦੀ ਪ੍ਰੋਟੈਕਸ਼ਨ ਸਿਕਿਉਰਿਟੀ ਅਮਰੀਕਾ ਤੋਂ ਉਹਨੇ ਲਈ ਹੋਈ ਆਪਣੀ ਸੈਨਿਕ ਵੀ ਨਹੀਂ ਹੈ ਕੈਨੇਡਾ ਕੋਲ ਹੁਣ ਜਦੋਂ ਤੁਸੀਂ ਜਦੋਂ ਤੁਸੀਂ ਦੂਸਰੇ ਮੁਲਕ ਦੀ ਇਸ ਤਰ੍ਹਾਂ ਦੀ ਸਿਕਿਉਰਿਟੀ ਪ੍ਰੋਵਾਈਡ ਕਰਦੇ ਹੋ ਤੇ ਤੁਸੀਂ ਉਹ ਸਾਰੇ ਜੰਤਰ ਉੱਥੇ ਵੀ ਲਾਏ ਹੋਏ ਨੇ ਜਿਹੜੇ ਜੰਤਰ ਤੁਸੀਂ ਯੂ ਐਸ اے ਦੀ ਟੋਟਲ ਸਕਿਉਰਿਟੀ ਕਰਨ ਤੇ ਲਾਏ ਹੋਏ ਬਿਲਕੁਲ ਇਹ ਨਹੀਂ ਹੁੰਦਾ ਕਿ ਇਸ ਦੇ ਬਾਵਜੂਦ ਅਟੈਕ ਨਹੀਂ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਜਿਹੜੀ ਟ੍ਰੇਡ ਸੈਂਟਰਾਂ ਤੇ ਅਟੈਕ ਹੋ ਗਿਆ ਸੀ ਪੈਂਟਾਗਨ ਤੇ ਟ੍ਰੈਗ ਹੋ ਗਿਆ ਸੀ ਕਰਨ ਵਾਲੇ ਕਰ ਗਏ ਸੀ ਵਾਈਜਾ ਜੀ ਲੈ ਗਏ ਸੀ ਮਾਰ ਪਰ ਇਸ ਦੇ ਬਾਵਜੂਦ ਵੀ ਇਹ ਸਕਿਉਰਿਟੀ ਤੇ ਕਰਨੀ ਹੁੰਦੀ ਸੋ ਅਮਰੀਕਾ ਨੇ ਦੱਸਿਆ ਉਹਨਾਂ ਨੂੰ ਕਿ ਵੀ ਇਹ ਇੰਡੀਆ ਦੀਆਂ ਏਜੰਸੀਆਂ ਦਾ ਕੰਮ ਹੈ ਹੁਣ ਇਹ ਜਿਹੜੇ ਪੰਜ ਮੁਲਕਾਂ ਦੇ ਮੈਂ ਨਾਂ ਲਏ ਨੇ ਇਹਨਾਂ ਚ ਪਹਿਲੇ ਡਿਸਕਸ ਹੋਇਆ ਜੀ ਬੀਏ ਤੇ ਬੜੀ ਗਲਤ ਗੱਲ ਕੀਤੀ ਕਿਉਂਕਿ ਇਹ ਜਿਹੜੇ ਬਾਕੀ ਦੇ ਚਾਰ ਮੁਲਕਨ ਉਹਨਾਂ ਲਈ ਅਮਰੀਕਾ ਇੱਕ ਸਿੰਬਲ ਹੈ ਤਾਕਤ ਦਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਦਾ ਹੂੰ ਉਹ ਕੁਝ ਵੀ ਕਹੇਗਾ ਤੇ ਉਹ ਬੜੇ ਧਿਆਨ ਨਾਲ ਸੁਣਦਿਆਂ ਤੇ ਡਿਸਕਸ ਕਰਦਿਆਂ ਹੂੰ ਉਹ ਉਹਨਾਂ ਨੇ ਕਨਵੇ ਕੀਤਾ ਕੈਨੇਡੀਅਨ ਗਵਰਨਮੈਂਟ ਨੂੰ ਕਿ ਬਈ ਇਹ ਇੰਡੀਆ ਦੀਆਂ ਔਰ ਇਸ ਗੱਲ ਤੋਂ ਕੋਈ ਮੁਕਰਿਆ ਨਹੀਂ ਅਮਰੀਕਾ ਵੀ ਅਸਲੀ ਨਹੀਂ ਕੀਤਾ। ਹੂੰ। ਨਾ ਹੀ ਅਮਰੀਕਾ ਨੇ ਹਲੇ ਤੱਕ ਕਿਹਾ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਇਹ ਗਲਤ ਹੈ। ਔਰ ਇਸ ਇਨਫੋਰਮੇਸ਼ਨ ਨਾਲ ਸਹਿਮਤੀ ਯੂਕੇ ਦੀ ਹੈ, ਆਸਟ੍ਰੇਲੀਆ ਦੀ ਹੈ। ਅਮਰੀਕਾ ਨੇ ਤੇ ਦਿੱਤੀ ਹੋਈ ਹੈ। ਨਿਊਜ਼ੀਲੈਂਡ ਛੋਟਾ ਮੁਲਕ ਹੈ। ਉਹ ਬੋਤਾ ਬੋਲਦਾ ਨਹੀਂ ਚੁੱਪ ਰਿਹਾ ਪਰ ਉਹਦੀ ਸਹਿਮਤੀ ਹੈਗੀ ਕੋਈ ਅਸਹਿਮਤੀ ਤੇ ਪ੍ਰਗਟ ਹੀ ਨਹੀਂ ਕੀਤੀ। ਜੀ। ਸੋ ਉੱਥੋਂ ਬਾਅਦ ਇਹ ਜੋ ਉਹਨੇ ਆਪਣੀ ਹਾਊਸ ਆਫ ਕਾਮਨ ਚ ਜੋ ਜਸਟਨ ਟਰੂਡੋ ਨੇ ਗੱਲ ਕਹੀ ਤੇ ਉਸ ਤੋਂ ਬਾਅਦ ਮਾਮਲਾ ਪੜ ਗਿਆ ਪਰ ਉਸ ਤੋਂ ਪਹਿਲੇ ਜੀ20 ਦੀ ਮੀਟਿੰਗ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕਿਹਾ ਵੀ ਇਹ ਤੁਸੀਂ ਗਲਤ ਕੀਤਾ ਇਹਦੇ ਤੇ ਸਾਨੂੰ ਚਿੰਤਾ ਹੈ ਜਸਟਨ ਟਰੂਡੋ ਨੇ ਵੀ ਕਿਹਾ ਜਿਹੜੀ ਅਸੀਂ ਕਹਿੰਦੇ ਆਮੋ ਸਾਹਮਣੇ ਗੱਲਬਾਤ ਹੁੰਦੀ ਉਹਦੇ ਵਿੱਚ ਇਹ ਬੜੀ ਜ਼ੁਰਤ ਦੀ ਗੱਲ ਹੁੰਦੀ ਹੈ ਕਿ ਤੁਸੀਂ ਦੂਸਰੇ ਮੁਲਕ ਜਾ ਕੇ ਉਹਦੇ ਪ੍ਰਾਈਮ ਮਿਨਿਸਟਰ ਨੂੰ ਕੋਹ ਪਾਈਏ ਜਿਹੜਾ ਤੁਸੀਂ ਕੀਤਾ ਕੰਮ ਬੜਾ ਇਹ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਸਾਰੀਆਂ ਠੀਕ ਹੈ ਉਹ ਕੜੀ ਨਾਲ ਜੁੜਦੀਆਂ ਜਿਹੜੀ ਉੱਥੋਂ ਸ਼ੁਰੂ ਹੋਈ ਸੀ ਇਸ ਮਸਲੇ ਦੀ ਅੱਜ ਦੀ ਘੜੀ ਦੇ ਵਿੱਚ ਜਿਹੜੇ ਆਪਣੇ ਵਿਦੇਸ਼ ਮੰਤਰੀ ਨੇ ਉਹ ਕੀ ਕਹਿ ਰਹੇ ਨੇ ਜਾਂ ਭਾਰਤ ਸਰਕਾਰ ਦੇ ਨੁਮਾਇੰਦੇ ਕੀ ਕਹਿੰਦੇ ਨੇ ਜਾਂ ਫਿਰ ਆਪਣੀ ਕੰਮਾਂ ਤੇ ਜਿਹੜੀ ਵਪਾਰ ਦੇ ਉੱਤੇ ਜਾਂ ਫਿਰ ਜਿਹੜਾ ਪ੍ਰਵਾਸ ਦੇ ਉੱਤੇ ਪ੍ਰਭਾਵ ਪਾ ਰਹੇ ਨੇ ਇਸ ਨੂੰ ਅੱਜ ਦੀ ਘੜੀ ਕਿਵੇਂ ਦੇਖਿਆ ਜਾਵੇ ਕੋਈ ਦੱਸਿਆ ਦੂਜੇ ਦੇਸ਼ ਤਾਂ ਖੜ ਗਏ ਉਹਨਾਂ ਨਾਲ ਉਹਦੇ ਨਾਲ ਉਹਨਾਂ ਵੀ ਖੜੇ ਦੇਖੋ ਇਹਨੇ ਭਾਰਤ ਨਾਲ ਕੋਈ ਮੁਲਕ ਨਹੀਂ ਖੜਾ ਹੂੰ ਜੀ 20 ਵੀ ਜੀ 5 ਜੀ 7 ਉਹ ਸੈਵਨ ਜਿਤ ਪਾਣੀ ਮੁਲਕ ਤੇ ਹੀ ਆ ਸੋ ਵੀ ਉਹ ਵੀ ਕੈਨੇਡਾ ਨਾਲ ਖੜੇ ਉਹ ਦੇਖੋ ਇਹਦੇ ਚ ਬੜੀ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਪ੍ਰਤੀਕਰਮ ਹੋਇਆ ਇੰਡੀਆ ਦਾ ਇੰਡੀਆ ਨੇ ਕੈਨੇਡੀਅਨ ਨੂੰ ਵੀਜ਼ੇ ਦੇਣੇ ਬੰਦ ਕਰਤੇ ਇੰਡੀਆ ਹੂੰ ਹੁਣ ਉਹਦੇ ਸਮੱਸਿਆ ਇਹ ਹੈ ਕਿ ਜਿਹੜਾ ਕੈਨੇਡੀਅਨ ਨਾਨ ਇੰਡੀਅਨ ਹੈ ਤੇ ਨਾਨ ਪੰਜਾਬੀ ਹੈ ਉਹ ਆਪਣੀ ਇੰਡੀਆ ਦੀ ਵੀਜ਼ਾ ਪੋਸਟਪੋਨ ਕਰਕੇ ਫਰਾਂਸ ਚਲਾ ਜਾਊ ਸਵਿਟਜ਼ਰਲੈਂਡ ਚਲਾ ਜਾਊ ਜੀ ਹੋਰਾਂ ਮੁਲਕਾਂ 'ਚ ਘੁੰਮ ਲੂਗਾ ਇਸ ਸਾਲ ਅਗਲੇ ਸਾਲ ਆ ਜਾਊ ਬਿਲਕੁਲ ਪਰ ਜਿਹੜੇ ਪੰਜਾਬ ਦੇ ਲੋਕ ਹੈ ਇਹ ਵਿਆਹਾਂ ਦਾ ਸੀਜ਼ਨ ਹੈ ਇਹ ਸਰਦੀ ਦੇ ਮੌਸਮ 'ਚ ਇੱਧਰ ਆ ਜਾਂਦੇ ਆ ਇੱਥੇ ਉਹਨਾਂ ਨੇ ਆਪਣੇ ਜ਼ਮੀਨਾਂ ਦੇ ਜਦਾਦਾਂ ਦੇ ਕਿ ਸੋ ਉਹਨਾਂ ਦੇ ਰਸਤੇ 'ਚ ਬਹੁਤ ਵੱਡੀ ਰੁਕਾਵਟ ਬਣ ਗਈ ਮੇਰੇ ਕੋਲ ਕੱਲ ਹੀ ਹੈ ਬੰਦਾ ਮੈਨੂੰ ਦੇ ਕੇ ਗਿਆ ਮਠਾਈ ਵਿਆਹ ਤੇ ਉਹਦੀ ਤੀਜ ਦਾ ਵਿਆਹ ਤੇ ਉਹਦਾ ਭਰਾ ਨਹੀਂ ਆ ਰਿਹਾ ਉਹਦੇ ਭਰਾ ਦਾ ਵੀ ਉਹਨਾਂ ਨੇ ਵਿਆਹ ਕਰਨਾ ਸੀ ਵੀ ਇੱਕੋ ਵਾਰ ਹੀ ਆਏਗਾ ਤੇ ਵਿਆਹ ਕੈਂਸਲ ਹੋਇਆ ਸੋ ਇਸ ਤਰ੍ਹਾਂ ਦੇ ਅਨੇਕਾ ਕੇਸ ਹੋਏ ਅਨੇਕਾ ਇਹ ਤੇ ਬਾਈ ਚਾਂਸ ਕਰ ਲੋ ਆਇਆ ਤੇ ਮੈਨੂੰ ਕਿਹਾ ਵੀ ਤੇ ਭਰਾ ਦਾ ਕੀ ਹਾਲ ਹੈ ਕੈਨੇਡਾ ਜਾ ਤੋਨੇ ਮੈਨੂੰ ਦੱਸਿਆ ਉਹਦਾ ਵਿਆਹ ਕਰਨਾ ਸੀ ਉਹ ਵੀਜ਼ਾ ਨਹੀਂ ਮਿਲੇ ਆਉਣਾ ਜੀ ਜੀ ਤੇ ਉਹਦੀ ਟਿਕਟ ਵੀ ਵੇਸਟ ਗਈ ਸੋ ਹੁਣ ਸਵਾਲ ਇਹ ਹੈ ਕਿ ਵੀ ਇਹ ਜਿਹੜਾ ਇਹਨਾਂ ਨੇ ਵਜੇ ਤੇ ਪਾਬੰਦੀ ਲਾਈ ਹੈ ਉਹਦੇ ਬਾਰੇ ਕੱਲ ਜਿਹੜੀ ਕਟੂਲਿਆ ਇਕਨੋਮਿਕ ਕਾਨਕਲੇਵ ਹੋਇਆ ਦਿੱਲੀ ਉਹਦੇ ਵਿੱਚ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੇ ਇੱਕ ਪੂਰੀ ਲੰਬੀ ਈਬਾਰਤ ਪੇਸ਼ ਕੀਤੀ ਹੈ ਇਸ ਤੇ ਸਟੇਟਮੈਂਟ ਵਾਈਜ਼ ਜਿਵੇਂ ਕਹਿ ਦਿੱ ਜੀ ਜੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕੈਨੇਡਾ ਦੇ ਵਿਜੀ ਬੰਦ ਕੀਤੇ ਨੇ ਜਲਦੀ ਖੋਲਣਾ ਚਾਹੁੰਦੇ ਆ ਪਰ ਅਸੀਂ ਉਦੋਂ ਖੋਲਾਂਗੇ ਜਦੋਂ ਸਾਨੂੰ ਇਹ ਸੰਤੁਸ਼ਟੀ ਹੋ ਜਾਏਗੀ ਕਿ ਸਾਡਾ ਜਿਹੜਾ ਉੱਥੇ ਡਿਪਲੋਮੈਟਿਕ ਸਟਾਫ ਹੈ ਹਮ ਉਸ ਦੀ ਪੂਰੀ ਸਿਕਿਉਰਿਟੀ ਮਿਲ ਗਈ ਹੈ ਹੁਣ ਉਹ ਘਰੋਂ ਆਪਣੇ ਦਫ਼ਤਰ ਤੱਕ ਜਾ ਨਹੀਂ ਸਕਦੇ ਹਮ ਕਿ ਉਹਨਾਂ ਦੀ ਜ਼ਿੰਦਗੀ ਨੂੰ ਜੀਵਨ ਨੂੰ ਖਤਰਾ ਹੈ ਲਾਈਫ ਨੂੰ ਖਤਰਾ ਹੈ ਜਦੋਂ ਅਸੀਂ ਇਹ ਸੰਤੋਸ਼ਟ ਹੋ ਜਾਵਾਂਗੇ ਹੁਣ ਇਹ ਜਿਹੜਾ ਸਟੈਂਡ ਹੈ ਦੇਖਣ ਜਿੱਤੇ ਬਿਲਕੁਲ ਜਸਟੀਫਾਈ ਲੱਗਦਾ ਵੀ ਭਾਰਤ ਠੀਕ ਕਹਿੰਦਾ ਹਮ ਪਰ ਭਾਰਤ ਨੇ ਜਿਸ ਦਿਨ ਉਥੇ ਪ੍ਰੋਟੈਸਟ ਨਿਕਲੇ ਕੈਨੇਡਾ ਚ ਜ ਜਿਹਦੇ ਵਿੱਚ ਉਹਨਾਂ ਨੇ ਡਿਪਲੋਮੈਟਸ ਨੂੰ ਥ੍ਰੈਟ ਵਾਲੇ ਫਲੈਕਸ ਨਾਲ ਪ੍ਰੋਸੈਸ਼ਨ ਕਰਦੇ ਪ੍ਰਦਰਸ਼ਨੀ ਕੀਤੀ ਇਹ ਤੇ ਉਦੋਂ ਲੱਗਣਾ ਚਾਹੀਦਾ ਸੀ ਹੂੰ ਨਹੀਂ ਲਾਇਆ ਉਹ ਤੋਂ ਲੰਬੇ ਸਮੇਂ ਤੱਕ ਵਿਝੇ ਵੀ ਲੱਗਦੇ ਰਹੇ ਸਭ ਕੋ ਪਰ ਇਹ ਉਦੋਂ ਲਾਇਆ ਜਿੱਦਣ ਟਰੂਡੋ ਨੇ ਇਹ ਪੰਗਾ ਖੜਾ ਕਰਤਾ ਬਈ ਤੁਸੀਂ ਮਾਰੇ ਨੂੰ ਤੇ ਹੀ ਕਹਿਤਾ ਬਈ ਤੁਸੀਂ ਦੋਸ਼ੀ ਹੋ ਹੂੰ ਉਸ ਵੇਲੇ ਵੀ ਨਹੀਂ ਲਾਇਆ ਬਈ ਅਗਲੇ ਦਿਨ ਹੀ ਲਾ ਦਿੰਦੇ ਹੂੰ ਇਹ ਤੇ ਆਫਟਰ ਥਾਟ ਹੋਇਆ ਦੂਜਾ ਦੋਸ਼ ਲਾਇਆ ਇੰਡੀਆ ਨੇ ਕਿ ਜਿਹੜੇ ਡਿਪਲੋਮੇਟ ਕੈਨੇਡਾ ਦੇ ਇੰਡੀਆ ਚ ਐ ਇਹ ਐਂਟੀ ਭਾਰਤ ਐਕਟੀਵਿਟੀ ਕਰਦੇ ਨੇ ਹੂੰ ਇਹ ਦੂਜਾ ਦੋਸ਼ ਲਾਤਾ ਉਹਦੇ ਵਿੱਚ ਇੱਕ ਬੜੀ ਗੱਲ ਬੜੀ ਧਿਆਨਯੋਗ ਹੈ ਜਿਹੜੀ ਕੱਲ ਵੀ ਜੈ ਸ਼ੰਕਰ ਨੇ ਕਹੀ ਕਹਿੰਦਾ ਹਲੇ ਅਸੀਂ ਉਹ ਜਿਹੜੇ ਇਹਨਾਂ ਦੇ ਵਿਰੁੱਧ ਤੱਥ ਨਹੀਂ ਅਸੀਂ ਪਬਲਿਕ ਨਹੀਂ ਕਰ ਰਹੇ ਜਨਤਕ ਨਹੀਂ ਕਰ ਰਹੇ ਅਸੀਂ ਸਮਾਂ ਆਣ ਤੇ ਉਹ ਵੀ ਜਨਤਕ ਕਰਦੇ ਆਂ ਹੁਣ ਸਵਾਲ ਇਹ ਆ ਵੀ ਇੱਥੇ ਰਹਿ ਕੇ ਕੈਨੇਡੀਅਨ ਕਿਹੜੀ ਐਂਟੀ ਇੰਡੀਆ ਐਕਟੀਵਿਟੀ ਕਰਦੇ ਹੁੰਦੇ ਹੂੰ ਤੇ ਪ੍ਰਤੱਖ ਰੂਪ ਚ ਪਿੱਛੇ ਸਾਹਮਣੇ ਵੀ ਨਹੀਂ ਆਈ ਕੋਈ ਕੋਈ ਹੈ ਵੀ ਨਹੀਂ ਉਹਨਾਂ ਨੇ ਕਰਕੇ ਕਰਨਾ ਵੀ ਕੀ ਹੈ ਇੰਡੀਆ ਦੇ ਐਂਟੀ ਕੰਮ ਕਰਨਾ ਲੈ ਤੇ ਇੰਡੀਆ ਚੀ ਬਹੁਤ ਹੈ ਹੂੰ ਤੇ ਵਿਦੇਸ਼ਾਂ ਚ ਵੀ ਹੋ ਰਿਹਾ ਸਭ ਜਗਾ ਸੋ ਇਹ ਹੁਣ ਇਹਨਾਂ ਨੂੰ ਵੀ ਦੱਸਣਾ ਪਏਗਾ ਆਫਟਰ ਸਮ ਟਾਈਮ ਵੀ ਉਹ ਕਿਹੜੇ ਕੀ ਕਰ ਰਹੇ ਸੀ ਇੱਥੇ ਕਿਉਂਕਿ ਇਹਨਾਂ ਨੇ ਵੀ ਸ਼ਰਤ ਰੱਖੀ ਸੀ ਸਬੂਤ ਪੇਸ਼ ਕਰੋ ਫਿਰ ਅਗਲੀ ਗੱਲ ਕਰਾਂਗੇ ਸੋ ਹੋਰ ਆਗੇ ਗੱਲ ਕਿ ਜੋ ਕੈਨੇਡਾ ਨੇ ਕੀਤਾ ਨਾ ਕੈਨੇਡਾ ਨੇ ਇੰਡੀਆ ਦੇ ਵਿਰੁੱਧ ਸਾਰੀ ਦੁਨੀਆ ਚ ਪ੍ਰਚਾਰ ਇਸ ਗੱਲ ਦਾ ਕਰ ਦਿੱਤਾ ਹੈ ਹੂੰ ਕਿ ਜਿਹੜੀ ਇੰਡੀਆ ਦੀ ਸਟੇਟ ਹੈ ਭਾਰਤ ਦੀ ਸਟੇਟ ਹੈ ਇਹ ਦੂਸਰੇ ਮੁਲਕਾਂ ਵਿੱਚ ਜਾ ਕੇ ਉੱਥੋਂ ਦੇ ਸਿਟੀਜ਼ਨ ਨੂੰ ਅਸੈਸੀਨੇਟ ਕਰਦੀ ਹੈ ਹੂੰ ਇਹ ਪ੍ਰਚਾਰ ਟਰੂਡੋ ਨੇ ਖੁੱਲਾ ਕੀਤਾ ਮਤਲਬ ਉਹ ਕੋ ਲੁਕੋ ਕੇ ਨਹੀਂ ਕੀਤਾ ਜੀ ਸੌਦੀ ਅਰੇਬੀਆਂ ਨੂੰ ਕਿਹਾ ਦੁਬਈ ਨੂੰ ਕਿਹਾ ਹੋਰ ਮੁਲਕਾਂ ਨੂੰ ਕਿਹਾ عمان ਨੂੰ ਕਿਹਾ ਸਭ ਨੂੰ ਉਹਨਾਂ ਨੇ ਟੈਲੀਫੋਨਾਂ ਕਰਕੇ ਕਿਹਾ ਫਰਾਂਸ ਨੂੰ ਕਿਹਾ ਵੀ ਇਹ ਉਹ ਉਹਨਾਂ ਨੇ ਇੱਕ ਭਾਰਤ ਦੇ ਵਿਰੁੱਧ ਚੇਤਾਵਨੀ ਦਿੱਤੀ ਵੀ ਇਹ ਦੇਖੋ ਇਤੋਂ ਬਚਾਓ ਕਰੋ ਇਹ ਇਹ ਕੰਮ ਵੀ ਕਰਦੇ ਉਹਦੇ ਨਾਲ ਜਿਹੜੀ ਭਾਰਤ ਸਰਕਾਰ ਹੈ ਦੁਨੀਆ ਭਰ ਚ ਬਦਨਾਮ ਹੋਈ ਹੈ ਇਸ ਗੱਲ ਦਾ ਦੁੱਖ ਤੇ ਹੋਏਗਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਵੀ ਕਿਉਂਕਿ ਇਹ ਮੋਦੀ ਜੀ ਦੇ ਟਾਈਮ ਤੇ ਦੋਸ਼ ਲੱਗਾ ਹੁਣ ਇਹਨਾਂ ਨੇ ਉਥੇ ਐਫਆਈਆਰ ਦਰਜ ਹੋ ਗਈ ਹੈ ਉਹਦੇ ਕਤਲ ਦੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੀ ਇਨਵੈਸਟੀਗੇਸ਼ਨ ਚ ਇਹ ਕਹਿੰਦੇ ਨੇ ਵੀ ਕੋਆਪਰੇਟ ਕਰੋ ਸਾਨੂੰ ਹੂੰ ਕੋਆਪਰੇਟ ਕਰੋ ਦਾ ਮਤਲਬ ਹੈ ਜਿਹੜੇ ਵੀ ਡਿਪਲੋਮੇਟ ਜਾਂ ਜਿਹੜੇ ਵੀ ਜਿੱਦੇ ਤੇ ਵੀ ਉਹਨਾਂ ਨੂੰ ਸ਼ੱਕ ਹੈ ਉਹ ਆ ਕੇ ਇੰਟਰੋਗੇਸ਼ਨ ਤਾਂ ਨਹੀਂ ਕਹਿੰਦੇ ਪਰ ਕੁਐਸਚਨਿੰਗ ਲਈ ਪੇਸ਼ ਹੋਏ ਜੀ ਕੁਐਸਚਨਿੰਗ ਇੱਥੇ ਕਰ ਲਓ ਜਾਂ ਉੱਥੇ ਕਰ ਲਓ ਸੋ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਤਲ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਨਹੀਂ ਹੋ ਸਕਦੀ ਜੇਕਰ ਭਾਰਤ ਉਹਦੇ ਵਿੱਚ ਕੋਆਪਰੇਟ ਨਹੀਂ ਕਰਦਾ ਤੇ ਅਮਰੀਕਾ ਵੀ ਕਹਿੰਦਾ ਵੀ ਤੁਸੀਂ ਕੋਆਪਰੇਟ ਕਰੋ ਯੂਕੇ ਨੇ ਕੱਲ ਵੀ ਕਿਹਾ ਵੀ ਕੋਆਪਰੇਟ ਕਰਨਾ ਚਾਹੀਦਾ ਆਸਟ੍ਰੇਲੀਆ ਵੀ ਕਹਿੰਦਾ ਕੋਆਪਰੇਟ ਕਰੋ ਸੋ ਇਹ ਜਿਹੜੀ ਭਾਰਤ ਦੀ ਪੋਜੀਸ਼ਨ ਹੈ ਨਾ ਇਹ ਬੜੀ ਸੈਂਸਿਟਿਵ ਹੋ ਗਈ ਹੈ ਇਸ ਬਦਨਾਮੀ ਚੋਂ ਨਿਕਲਣ ਦਾ ਭਾਰਤ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿਉਂਕਿ ਭਾਰਤ ਨਾਲ ਕੋਈ ਦੇਸ਼ ਖੜਾ ਨਹੀਂ ਕਿਉਂਕਿ ਭਾਗਤਾਨ ਬੜੀ ਦੇਰ ਤੋਂ ਇਹ ਦੋਸ਼ ਲਾਂਦਾ ਉੱਥੇ ਜਦੋਂ ਪਰਮਜੀਤ ਸਿੰਘ ਪੰਜਾਬੜ ਨੂੰ ਮਾਰਿਆ ਉਹਨਾਂ ਨੇ ਜਿਹੜੀ ਉਹ ਕਲੋਨੀ ਚ ਉਹਦੇ ਕੋਲ ਫਲੈਟ ਸੀਗਾ 골ਡਨ ਫਲਾਵਰ ਜੀ ਉਹਦੇ ਵੀ ਦੋ ਬੰਦੇ ਮੋਟਰਸਾਈਕਲ ਤੇ ਆਏ ਉਹਨੂੰ ਮਾਰ ਕੇ ਚਲੇ ਗਏ। ਹਾਲਾਂ ਖੰਡੇ ਦਾ ਨਹੀਂ ਪਤਾ ਉਤਾਰ ਸਿੰਘ ਖੰਡਾ ਯੂਕੇ ਵਿੱਚ ਕਿਵੇਂ ਮਰਿਆ ਉਹ ਕੀ ਕੋਈ ਉਹਨੂੰ ਕਾਫੀ ਤਰ੍ਹਾਂ ਦੀਆਂ ਗੱਲਾਂ ਜਿਵੇਂ ਕੋਈ ਕੁਝ ਨੂੰ ਪੌਇਜ਼ਨ ਕਰਕੇ ਮਾਰਿਆ ਗਿਆ ਜਾਂ ਉਹਨੂੰ ਆਪੇ ਹੀ ਬਲੱਡ ਕੈਂਸਰ ਹੋ ਗਈ ਜਾਂ ਕੋਈ ਹੋਇਆ। ਉਹ ਵੀ ਦੋਸ਼ ਜਿਹੜਾ ਉਹ ਉੱਥੋਂ ਦੇ ਖਾਲਸਤਾਨੀ ਭਾਰਤ ਤੇ ਹੀ ਮੜਦੇ। ਹੂੰ ਪਾਕਿਸਤਾਨ ਨੇ ਵੀ ਪੰਜ ਵੜ ਦਾ ਭਾਰਤ ਤੇ ਮਾਰਦਾ ਤੇ ਹਰਦੀਪ ਸਿੰਘ ਨੱਜਰ ਦਾ ਵੀ ਇਦੇ ਤੇ ਮਾਰਦਾ। ਹੂੰ ਸੋ ਇਹ ਜਿਹੜੀ ਭਾਰਤ ਦੀ ਨਵੀਂ ਬਦਨਾਮੀ ਦੀ ਲਹਿਰ ਕੈਨੇਡਾ ਨੇ ਸ਼ੁਰੂ ਕੀਤੀ ਹੈ ਨਾ ਬੜੀ ਕਾਤਕ ਕਰ ਦਿੱਤੀ ਉਹਨੇ ਭਾਰਤ ਲਈ ਇਸ ਲਈ ਭਾਰਤ ਇਹਨੂੰ ਕਦੀ ਮaaf ਨਹੀਂ ਕਰੇਗਾ ਫਿਰ ਤੇ ਵਿਸ਼ਵਗੁਰੂ ਦੇ ਸੁਪਨੇ ਧਰੇ ਤਰੇ ਰਹਿ ਜਾਣਗੇ ਨਹੀਂ ਵਿਸ਼ਵਗੁਰੂ ਤੇ ਦੇਖੋ ਪਤਾ ਕੀ ਹੈ ਜਿਹੜਾ ਵਿਸ਼ਵਗੁਰੂ ਹੈ ਨਾ ਉਹ ਤੇ ਸਾਡੇ ਗੋਦੀ ਮੀਡੀਆ ਹੀ ਕਹਿ ਰਿਹਾ ਜਿਵੇਂ ਮਤਲਬ ਤੁਸੀਂ ਕਹੋ ਮੈਂ ਸਭ ਤੋਂ ਵੱਡਾ एंकर आईडिया ਦਾ ਮੈਂ ਕਹਾ ਮੇਰੇ ਤੋਂ ਵੱਡਾ ਕੋਈ ਨਾ ਪੱਤਰਕਾਰ ਹੋਇਆ ਨਾ ਐਂਕਰ ਮੈਂ ਕਹੀ ਜਾਵਾਂ ਫਿਰ ਹੂੰ ਤੇ ਮੈਨੂੰ ਵੱਡਾ ਮੰਨ ਲੈਣਗੇ ਸਾਰੇ ਚੰਡੀਗੜ੍ਹ ਵਾਲੇ ਹੀ ਨਹੀਂ ਮੰਨਣਗੇ ਤੇ ਬਾਕੀ ਹਿੰਦੁਸਤਾਨ ਵਾਲੇ ਹੀ ਮੰਨਣਗੇ ਜੀ ਮੇਰਾ ਪੰਜਾਬੀ ਦਾ ਚੈਨਲ ਹੈ ਪੰਜਾਬੀ ਵਾਲੇ ਹੀ ਨਹੀਂ ਮੰਨਣਗੇ ਵੀ ਅੰਸ਼ਲ ਮਨੋਤ ਸਿੰਘ ਕਿੱਥੋਂ ਦਾ ਵੱਡਾ ਆ ਗਿਆ ਪੱਤਰਕਾਰ ਇੱਥੇ 3600 ਦੂਰੇ ਫਿਰਦੇ ਤੋਂ ਉਹ ਤੇ ਗੋਦੀ ਮੀਡੀਆ ਕਹੀ ਜਾ ਰਹੇ ਆ ਵਿਸ਼ ਗੁਰੂ ਵਿਸ਼ ਗੁਰੂ ਉਦੇ ਚ ਘਰ ਜਾ ਵੀ ਨਹੀਂ ਆਪਣੇ ਆਪ ਨੂੰ ਕੋਈ ਮਹਾਨ ਕਹੀ ਜਾਏ ਤੇ ਕਿਸੇ ਨੂੰ ਕੀ ਰਾਜਾ ਆਪਣੇ ਮੁਲਕ ਚ ਕਹੀ ਜਾਂਦਾ ਸਾਡਾ ਜਿਹੜਾ ਇੱਕ ਭਲੇਖਾ ਸਾਨੂੰ ਕੱਢਣਾ ਚਾਹੀਦਾ ਹੈ ਕਿ ਯੂਰਪ ਦੀ ਆਬਾਦੀ ਹੈਗੀ ਹੈ ਵੀ 22 ਕਰੋੜ ਟੋਟਲ ਯੂਰਪ ਦੀ ਬਰਤੀ 36 ਮੁਲਕਾਂ ਦੀ ਕੱਲੇ ਭਾਰਤ ਦੀ ਜਿਹੜੀ ਮਿਡਲ ਕਲਾਸ ਹੈ ਜਿੱਦੇ ਕੋਲ ਸ਼ਕਤੀ ਹੈ ਇਲੈਕਟ੍ਰੋਨਿਕਸ ਗ੍ਰੈਜੂਏਟ ਤੇ ਘਰ ਦੇ ਸਮਾਨ ਖਰੀਦਣ ਦੀ ਸਾਡੀ ਪੋਪੂਲੇਸ਼ਨ ਹੈ 35 ਕਰੋੜ ਅਸੀਂ ਯੂਰਪ ਤੋਂ ਡੋਡੇ ਬਾਹਰਾਂ ਚੀਜ਼ਾਂ ਦੇ ਵਿਦੇਸ਼ੀ ਕੰਪਨੀਆਂ ਦੇ ਇਹ ਸਾਰੀਆਂ ਮਲਟੀਨੇਸ਼ਨਲ ਕੰਪਨੀਆਂ ਜੋ ਵੀ ਘਰ ਦਾ ਸਮਾਨ ਬਣਾਉਂਦੀ ਆ ਜਿਹੜੇ ਸਾਡੇ ਸਾਰੇ ਘਰਾਂ 'ਚ ਆਉਂਦਾ ਆਉਂਦਾ ਉਹ ਸਾਰੀਆਂ ਕੰਪਨੀਆਂ ਅਮਰੀਕਾ ਦੀਆਂ ਤਾਂ ਹੋਰ ਮੁਲਕਾਂ ਦੀਆਂ ਫਿਰ ਭਾਈ ਜਹਾਜ਼ ਵੇਚਣੇ ਇਨਾਮਸ ਵੇਚਣੇ ਮਿਊਨੀਸ਼ਨ ਵੇਚਣੇ ਤੋਂ ਇਸ ਕਰਕੇ ਸਾਡੇ ਮੁਲਕ ਦੀ ਲੋੜ ਆ ਜੇ ਟ੍ਰੇਡ ਦੇ ਪੱਖੋਂ ਬੜੀ ਇੰਪੋਰਟੈਂਸ ਹੈ ਹੂੰ ਹੁਣ ਜਿਹੜੀ ਨਵੀਂ ਜਿਹੜੀ ਬਣੀ ਹੈ ਇੰਟਰਨੈਸ਼ਨਲ ਤੇ ਨਵੀਂ ਪੋਲਿਟਿਕਸ ਉੱਭਰੀ ਹੈ ਚਾਈਨਾ ਤੇ ਰਸ਼ੀਆ ਇਕੱਠੇ ਹੋ ਗਏ ਚਾਈਨਾ ਤੋਂ ਅਮਰੀਕਾ ਨੂੰ ਇੱਕ ਉਹਦੇ ਤੋਂ ਡਰਦਾ ਤੇ ਨਹੀਂ ਪਰ ਉਹਨੂੰ ਉਹਦੇ ਬਾਰੇ ਬੜਾ ਉਹ ਅਵੇਅਰ ਰਹਿਣਾ ਚਾਹੀਦਾ ਹੈ ਇਹ ਖਤਰਨਾਕ ਦੇਸ਼ ਹੈ ਉਹਦੇ ਵਿੱਚ ਉਹ ਇੰਡੀਆ ਦੀ ਮਦਦ ਲੈਣਾ ਚਾਹੀਦਾ ਹੂੰ ਕਿਉਂਕਿ ਸਾਡੇ ਨਾਲ ਉਹਦਾ ਬਾਰਡਰ ਲੱਗਦਾ ਹੈ ਜਿਵੇਂ ਉਹਨੇ ਅਫਗਾਨਿਸਤਾਨ ਨੂੰ ਤਬਾਹ ਕੀਤਾ ਪਾਕਿਸਤਾਨ ਵਿੱਚ ਬੈਠ ਕੇ ਪਾਕਿਸਤਾਨ ਦੇ ਹਵਾਈ ਅੱਡੇ ਵਰਤੇ ਪਾਕਿਸਤਾਨ ਦੀਆਂ ਸੜਕਾਂ ਵਰਦੀਆਂ ਪਾਕਿਸਤਾਨ ਦੀਆਂ ਪੋਰਟ ਵਰਤੀਆਂ ਨੈਟੋ ਫੋਰਸਿਸ ਜਿਹੜੀਆਂ ਸੀ ਉਹਨਾਂ ਦਾ ਜਿਹੜਾ ਲੜਾਈ ਦਾ ਸਮਾਨ ਆਂਦਾ ਸੀ ਉਹ ਪਾਕਿਸਤਾਨ ਦੀਆਂ ਪੋਰਟਸ ਤੇ ਸ਼ਿਪਾਂ ਵੀ ਚਾਹੁੰਦਾ ਸੀ ਫਿਰ ਪਾਕਿਸਤਾਨ ਦੀਆਂ ਰੋਡ ਯੂਜ਼ ਕਰਦੇ ਸੀ ਉਹਨਾਂ ਦੇ ਟਰੱਕ ਤੇ ਹਵਾਈ ਜਹਾਜ਼ ਜਿਹੜੇ ਸੀ ਹਮਲੇ ਕਰਕੇ ਜੀ ਦੋ ਹਵਾਈ ਜਹਾਜ਼ ਅੱਡੇ ਪਾਕਿਸਤਾਨ ਨੇ ਉਹਨਾਂ ਦੇ ਲੜਾਕੂ ਵਾਇਜਾਜਾਂ ਨੂੰ 24 ਘੰਟੇ ਦੀ ਪਰਮਿਸ਼ਨ ਦਿੱਤੀ ਕੁਝ ਵਾਇਜਾਜਾਂ ਦੇ ਅੱਡੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਦੋਂ ਐਮਰਜੈਂਸੀ ਹੋ ਸਕੇ ਤੇ ਉਦੋਂ ਪਰ ਉਹ ਹਰ ਚੀਜ਼ ਦਾ ਕਿਰਾਇਆ ਲੈਂਦਾ ਸੀ ਜੀ ਪਾਕਿਸਤਾਨ ਫ੍ਰੀ ਨਹੀਂ ਸੀ ਕਾਈ ਦੇਰ ਪੇਇੰਗ ਉਹਦਾ ਜੋ ਵੀ ਉਹਨਾਂ ਦਾ ਤੈਅ ਹੋਇਆ ਜਿਸ ਵੇਲੇ ਉਹ ਚਲਦਿਆਂ ਸੀ ਜਿਹੜੀਆਂ ਉਹ ਸੜਕਾਂ ਯੂਜ਼ ਕਰਦੇ ਸੀ ਕਰਾਚੀ ਜਾਂ ਗੁਵਾਦਰ ਤੋਂ ਲੋਕਲ ਟਾਈਮ ਪਾਰਟਨ ਉਸ ਉਹਨਾਂ ਸੜਕਾਂ ਦੇ ਵੀ ਕਿਰਾਏ ਲੈਂਦੇ ਸੀ ਬਤੁਸ਼ੇ ਨਹੀਂ ਦੇਰ ਵਰਤੀਆਂ ਸਾਡੀ ਹੂੰ ਸੋ ਪਾਕਿਸਤਾਨ ਵਿੱਚ ਜੋ ਅਫਗਾਨਿਸਤਾਨ ਦੇ ਵਿੱਚੋਂ ਤਾਲੀਬਾਨ ਖਤਮ ਤੇ ਨਹੀਂ ਕਰ ਸਕਿਆ ਅਮਰੀਕਾ ਡਿਫੀਟ ਹੋ ਕੇ ਗਿਆ ਉਦਾਂ ਦੀਆਂ ਸਹੂਲਤਾਂ ਉਹ ਇੰਡੀਆ ਤੋਂ ਮੰਗ ਰਿਆ ਇੰਡੀਆ ਨੇ ਹਲੇ ਤੱਕ ਦਿੱਤੀਆਂ ਨਹੀਂ ਵੀਜ਼ਾ ਵੀਜ਼ਾ ਚਾਈਨਾ ਦੇ ਅਗੇਂਸਟ ਹੂੰ ਤੇ ਰਸ਼ੀਆ ਦਾ ਜਿਹੜਾ ਬਲਾਗ ਬਣ ਸੋ ਇਸ ਕਰਕੇ ਉਹ ਸਾਡੀ ਇੱਜ਼ਤ ਤੇ ਕਰਨ ਗਈ ਇੰਡੀਆ ਦੀ ਇੰਡੀਆਂ ਦੀ ਜਿਹੜੀ ਜੀਓਗ੍ਰਾਫਿਕ ਲੋਕੇਸ਼ਨ ਹੈ ਵਿਜ਼ਾ ਵਿਜ਼ਾ ਚਾਈਨਾ ਉਹ ਅਮਰੀਕਾ ਨੂੰ ਅਸੀਂ ਹੀ ਸਮਰਥਨ ਦਈਏ ਤੇ ਅਮਰੀਕਾ ਚਾਈਨਾ ਨੂੰ ਅੱਖਾਂ ਦਿਖਾ ਸਕਦਾ ਨਹੀਂ ਤੇ ਨਹੀਂ ਦਿਖਾ ਸਕਦਾ ਆਪਣੇ ਅਮਰੀਕਾ ਤੋਂ ਚੱਲ ਕੇ ਭਾਈ ਜਹਾਜ਼ ਉਡਾ ਕੇ ਬੰਬਾਰਡਮੈਂਟ ਕਰਕੇ ਵਾਪਸ ਨਹੀਂ ਤੁਸੀਂ ਇਹ ਬੜੀ ਚੰਗੀ ਇੱਕ ਉਦਾਹਰਣ ਦੇ ਦਿੱਤੀ ਆਪਣੇ ਗੁਆਂਢੀ ਮੁਲਕ ਦੀ ਕਿਵੇਂ ਇੱਕ ਦੂਜੇ ਮੁਲਕ ਦੇ ਉੱਤੇ ਜਿਹੜਾ ਟਰੈਪ ਲਾਇਆ ਜਾਂਦਾ ਉਹਨੂੰ ਕਬਜ਼ੇ 'ਚ ਲਿਆ ਜਾਂਦਾ ਹੁਣ ਜਿੱਥੋਂ ਤੱਕ ਰਹੀ ਗੱਲ ਕੈਨੇਡਾ ਭਾਰਤ ਦੀ ਅਖੀਰ 'ਚ ਮੇਰਾ ਇਹ ਹੀ ਜਾਣਨਾ ਹੈ ਬਹੁਤ ਸਾਰੇ ਲੋਕਾਂ ਦਾ ਵੀ ਸਵਾਲ ਹੋਏਗਾ ਕਿ ਹੁਣ ਇਹ ਮਸਲੇ ਦੇ ਵਿੱਚ ਜੇਕਰ ਭਾਰਤ ਸਾਰੇ ਪਾਸਿਓਂ ਘਿਰ ਚੁੱਕਿਆ ਬੇਵਸ ਜਿਹਾ ਨਜ਼ਰ ਆ ਰਿਹਾ ਹੈ ਫਿਰ ਮਸਲੇ ਦੇ ਹੱਲ ਕਿਵੇਂ ਨਿਕਲਣਗੇ ਦੇਖੋ ਮਸਲੇ ਦੇ ਹੱਲ ਵਿੱਚ ਜਿਹੜੀ ਗੁਪਤ ਟੰਗ ਨਾਲ ਚੱਲ ਰਹੀ ਹੈ ਅਮਰੀਕਾ ਬੜੀ ਕੋਸ਼ਿਸ਼ ਕਰ ਰਿਹਾ ਹੈ ਵੀ ਇਹਨਾਂ ਦੋਨਾਂ ਮੁਲਕਾਂ ਦੇ ਜਲਦੀ ਤੋਂ ਜਲਦੀ ਨਾਰਮਲਾਈਜੇਸ਼ਨ ਹੋ ਜਾਏ ਕਿਉਂਕਿ ਅਮਰੀਕਾ ਨੂੰ ਆਇਆ ਲੱਗਦਾ ਹੈ ਵੀ ਜਿਹੜਾ ਪੰਗਾ ਉਹਨੇ ਖੜਾ ਕੀਤਾ ਤੇ ਉਹਨੂੰ ਹੀ ਸੁਲਝਾਣਾ ਪੈਣਾ ਹੈ। ਹੂੰ। ਇੰਡੀਆ ਨੇ ਵੀ ਆਪਣੀ ਐ ਛੋਟੀਆਂ ਛੁਪੜੀਆਂ ਛੋਟੀਆਂ ਗੱਲਾਂ ਨਾਲ ਅਸੀਂ ਵੀਜਾ ਨਹੀਂ ਦਿੰਦੇ। ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਦੇ। ਥੀਸ ਆਰ ਪੈਟੀਜ਼। ਜਿਵੇਂ ਜਸਟ ਆਫ ਵਾਪਸ ਪੇਟਾ। ਸਾਬੇਂਤਾ ਉਹਨਾਂ ਨੇ ਅੱਧਾ ਮਲੇਸ਼ੀਆ ਲਾਤਾ, ਅੱਧਾ ਸਿੰਗਾਪੁਰ ਲਾਤਾ। ਹੂੰ। ਉਹਨਾਂ ਨੇ ਤਿੰਨ ਦਫ਼ਤਰ ਬੰਦ ਕਰਤੇ, ਚੰਡੀਗੜ੍ਹ ਦਾ ਕੌਂਸੂਲੇਟ, ਬੰਬਈ ਦਾ ਕੰਟਰੋਲੇਟ ਤੇ ਬੈਂਗਲੌਰ ਦਾ। ਜੀ। ਬੰਬੇ ਨੂੰ ਮੁੰਬਈ ਕਹਿੰਦੇ ਤਿੰਨ ਸ਼ਹਿਰਾਂ ਦੇ ਕਨਸੂਲੇਟ ਬੰਦ ਕਰਤੇ ਹੁਣ ਉਹਨਾਂ ਦੇ ਜਿਹੜੇ ਵੀਜ਼ੇ ਲੱਗਣਗੇ ਉਹ ਡਿਲੇ ਹੋਣਗੇ ਬਿਲਕੁਲ ਬਹੁਤੇ ਲੋਕ ਪੰਜਾਬ ਤੋਂ ਜਾਂਦੇ ਨੇ ਵੀਜ਼ੇ ਕੈਨੇਡਾ ਨੇ ਵੀਜ਼ੇ ਨਹੀਂ ਬੰਦ ਕੀਤੇ ਪਰ ਹੁਣ ਉਹ ਜਿਹੜੀਆਂ ਫਾਈਲਾਂ ਕਲੀਅਰ ਹੁੰਦੀਆਂ ਜਿੱਥੇ ਉਹਨੂੰ 60 ਬੰਦੇ ਕਰਦੇ ਸੀ ਉੱਥੇ ਵੀ ਪਰ ਆਨਲਾਈਨ ਵੀ ਉਹ ਇੰਤਜ਼ਾਮ ਕਰ ਲੈਣਗੇ ਜੀ ਉਹ ਫਾਈਲਾਂ ਇਥੋਂ ਸਿੰਗਾਪੁਰ ਭੇਜ ਦਿੰਗੇ ਭਾਈ ਜਾਂਦੇ ਏਡੇ ਵੱਡੇ ਮੁਲਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਮਲੇਸ਼ੀਆ ਤਾਂ ਹੀ ਰੱਖਿਆ ਨੇੜੇ ਹੀ ਰੱਖਿਆ ਉਹ 2 ਘੰਟੇ 3 ਘੰਟੇ ਦੀ ਫਲਾਈਟ ਹੈ ਜਾ ਕੇ ਸਵੇਰੇ ਫਾਈਲਾਂ ਗਈਆਂ ਕਲੀਅਰ ਹੋ ਕੇ ਆ ਗਈਆਂ ਜੋ ਜਿਹੜਾ ਨੁਕਸਾਨ ਹੈ ਜਿੰਨਾ ਕੈਨੇਡਾ ਨੂੰ ਹੈ ਇਹ ਬੰਦ ਕਰਨ ਦਾ ਉਸ ਤੋਂ ਜ਼ਿਆਦਾ ਇਕਨੋਮਿਕਲੀ ਇੰਡੀਆ ਨੂੰ ਹੈ ਜੇ ਇੰਡੀਆ ਜੇ ਹੁਣ ਦੀਵਾਲੀ ਤੇ ਆਣ ਗਈ ਨਹੀਂ ਲੋਕ ਪੈਸੇ ਖਰਚਣ ਤੇ ਇਹ ਦੀਵਾਲੀ ਲੰਘ ਜਾਏਗੀ ਇਦਾਂ ਹੀ ਵੇ ਵਿਆਮਾ ਦਾ ਸੀਜ਼ਨ ਸਿਰਫ ਇੰਡੀਆ ਜ ਪੰਜਾਬ ਜ ਨਹੀਂ ਨਾ ਹੈਗਾ ਸਾਰੇ ਦੇਸ਼ 'ਚ ਹੈਗਾ ਗੁਜਰਾਤੀ ਵੀ ਜਿੰਨੇ ਜਿੰਨੇ ਸਿੱਖ ਹੈ ਕੈਨੇਡਾ ਜਿਸ ਤੋਂ ਜ਼ਿਆਦਾ ਇੰਨੇ ਕਿ ਗੁਜਰਾਤੀ ਸਭ ਤੋਂ ਜ਼ਿਆਦਾ ਗੁਜਰਾਤੀ ਹੈ ਜਿਹੜੇ ਨਾਨ ਸਿੱਖ ਵਾਦੀ ਹੈ ਜੀ ਜੀ ਯਾਨੀ ਸਿੱਖਾਂ ਦੀ ਆਬਾਦੀ ਹੈ 7 ਲੱਖ 7000 ਜੀ ਬਾਕੀ ਸਾਰੇ ਇੰਡੀਅਨ ਮੂਲ ਦੇ ਜਿਹੜੇ ਹੈਗੇ ਸਿਟੀਜ਼ਨ ਜਾਂ ਇਮੀਗ੍ਰੈਂਟ ਉਹਨਾਂ ਦੀ ਹੈਗੀ ਹੈ ਇੰਡੀਆ ਤੋਂ ਪੰਜਾਬ ਤੋਂ ਕੋਈ 2% ਵੱਧ ਹੈ ਜੀ ਹੁਣ ਉਹਦੇ ਗੁਜਰਾਤੀਆ ਉਹ ਵੀ ਦੀ ਆਣ ਕੇ ਕਰ ਸੋ ਵਪਾਰ ਦਾ ਵੀ ਫਰਕ ਪਿਆ ਜਿਹੜੇ ਲੋਕ ਇੱਥੇ ਆਣਗੇ ਵਿਆਹ ਕਰਨ ਪੰਜਾਬ ਦੀ ਇਕਨੋਮੀ ਦਾ ਬੜਾ ਵੱਡਾ ਜਿਹੜਾ ਉਹ ਐਨ ਆਰ ਆਈ ਆਂਦੇ ਨੇ ਵਿਆਹ ਕਰਦੇ ਨੇ ਤੋਂ ਬਹੁਤ ਸਾਰੇ ਜਿਹੜੇ ਕੱਪੜੇ ਜੋ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਹੀ ਪਤਾ ਹੈ ਦਰਸ਼ਕਾਂ ਨੂੰ ਕੀ ਦੱਸਣਾ ਤੇ ਵਿਦੇਸ਼ਾਂ 'ਚ ਬੈਠਿਆਂ ਨੂੰ ਜ਼ਿਆਦਾ ਪਤਾ ਉਹਨਾਂ ਲਈ ਆ ਕੇ ਸੋ ਉਹਦਾ ਸਾਡੀ ਇਕਨੋਮੀ ਉੱਤੇ ਪੰਜਾਬ ਦੀ ਤੇ ਵੀ ਪ੍ਰਭਾਵ ਪੈਂਦਾ ਹੈ ਤੇ ਇੰਡੀਆ ਦੀ ਤੇ ਵੀ ਪੈਂਦਾ ਤੋਂ ਇਹਨੂੰ ਬੜੇ ਲੰਬੇ ਫਿਰ ਸਾਡੇ ਤੇ ਇਹਦੀ ਜੋ ਹੈਗੀ ਹੈ ਕੀ ਕਹਿੰਦੇ ਨਾ ਦੋਸ਼ ਜਿਹੜਾ ਹੈ ਨਾ ਹੁਣ ਕੈਨੇਡਾ ਨੇ ਇਹ ਦੋਸ਼ ਲਾਇਆ ਉਹਨਾਂ ਦੀ ਜਿਹੜੀ ਫੋਰਨ ਮਨਿਸਟਰ ਹੈ ਕੇ ਵੀ ਜਿਹੜੀ ਕੈਨੇਡਾ ਦੀ ਫੋਰਨ ਮਨਿਸਟਰ ਹੈ ਮਿਲਾਨੀ ਜੋਲੀ ਜੀ ਉਹਨੇ ਦੋਸ਼ ਲਾਇਆ ਵੀ ਬਿਆਨਾ ਜਿਹੜੀ ਕਨਵੈਨਸ਼ਨ ਹੈ ਜਿਹਦੇ ਅੰਡਰ ਅਸੀਂ ਆਪਣੇ ਡਿਪਲੋਮੈਟ ਅਪਾਇੰਟ ਕਰਦੇ ਆ ਉਹਦੀ ਵਾਇਲੇਸ਼ਨ ਹੈ ਜਿਹੜੇ ਬੰਦੇ ਕੱਡੇ ਹਮ ਭਾਰਤ ਕਹਿੰਦਾ ਨਹੀਂ ਅਸੀਂ ਜਿੰਨੇ ਤੁਹਾਡੇ ਸਾਡੇ ਦੇ ਦੇ ਕੈਨੇਡਾ ਚ ਹੈ ਹਮ ਹਾਈ ਕਮਿਸ਼ਨ ਉਹਨੇ ਹੀ ਅਸੀਂ ਇੱਥੇ ਰੱਖਣੇ ਹਮ ਸਵਾਲ ਤੇ ਆ ਵੀ ਕੈਨੇਡਾ ਤੋਂ ਕੋਈ ਮਾਈਗਰੇਟ ਬਿਰਲਾ ਬਿਰਲਾ ਹੀ ਕਰਦਾ ਹੋਣਾ ਇੰਡੀਆ ਬਿਲਕੁਲ ਤੋਂ ਇੰਡੀਆ ਤੋਂ ਜ਼ਿਆਦਾ ਲੋਕ ਦੇਖਣ ਜਾਂਦੇ ਨੇ ਕੈਨੇਡਾ ਅਮਰੀਕਾ ਨੂੰ ਜਿਹੜੇ ਅਮਰੀਕਾ ਜਾਂਦੇ ਨੇ ਉਹ ਵੀ ਕੈਨੇਡਾ ਚਲੇ ਜਾਂਦੇ ਨੇ ਵੀਜ਼ਾ ਲਵਾ ਕੇ ਸੋ ਸਾਡਾ ਜਿਹੜਾ ਨੁਕਸਾਨ ਜ਼ਿਆਦਾ ਹੋ ਰਿਹਾ ਇੰਡੀਆ ਕਹਿੰਦਾ ਵੀ ਜਿਹੜੀ ਵਿਆਨਾ ਕਨਵੈਨਸ਼ਨ ਹੈਗੀਏ ਅਸੀਂ ਉਹਦੇ ਮੁਤਾਬਕ ਪੈਰਟੀ ਰੱਖੀ ਹੈ ਵੀ ਸਾਡੇ ਵੀ ਵੀ ਇਨ ਤੇ ਤੁਹਾਡੇ ਵੀ ਵੀ ਆਉਣੇ ਚਾਹੀਦੇ ਜੀ ਸੋ ਇਹ ਮਸਲਾ ਫਿਰ ਐਵੇਂ ਹੀ ਰੋਲ ਗਿਆ ਅਮਰੀਕਾ ਤੇ ਯੂਕੇ ਨੇ ਇਹ ਕਿਹਾ ਕਿ ਜੋ ਇੰਡੀਆ ਨੇ ਸਟੈਂਡ ਲਿਆ ਜਿਆਨਾ ਕਨਵੈਨਸ਼ਨ ਦੇ ਵਿਰੁੱਧ ਜੀ ਭਾਰਤ ਨੂੰ ਗਲਤ ਦੱਸਿਆ ਉਹਨਾਂ ਨੇ ਸੋ ਭਾਰਤ ਦੀ ਜੋ ਸਥਿਤੀ ਹੈ ਇਹ ਸਵੇਲੇ ਮੁਲਕ ਸੋ ਦੁਨੀਆ ਚ ਮੈਂ ਕਹਿ ਰਿਹਾ ਉਹ ਬੜੀ ਜਿੰਨੀ ਹੈ ਨਾ ਅ ਐਨੀ ਐਨੀ ਵਧੀਆ ਨਹੀਂ ਕਹਿ ਸਕਦੇ ਪੋਜੀਸ਼ਨ ਕਿ ਮੂਲਕ ਉਹਨਾਂ ਨਾਲ ਖੜੇ ਨੇ ਮੂਲਕ ਉਹਨਾਂ ਨੂੰ ਆ ਲਗ ਮੂਲਕਾਂ ਨੂੰ ਉਹ ਮੂਲਕ ਸਾਰੇ ਇਹਨਾਂ ਦੇ ਵਿਰੋਧੀ ਖੜੇ ਹਾਕਵਲ ਤਨ ਕੈਨੇਡਾ ਇੱਥੇ ਸਿਰਫ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਜੀ ਮੋਦੀ ਕਲੇ ਰਹੇ ਨੇ ਤੇ ਉਹਨਾਂ ਨਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ ਜੀ ਬਾਕੀ ਦੁਨੀਆ ਚ ਕੈਨੇਡਾ ਨਾਲ ਲੜਾਈ ਵਿੱਚ ਕਿੱਥੇ ਵੀ ਇੰਡੀਆ ਨੂੰ ਸਮਰਥਨ ਨਹੀਂ ਮਿਲਿਆ ਪਰ ਇੱਕ ਬੜੇ ਇੰਡੀਆ ਦਾ ਪ੍ਰਾਈਮ ਮਿੰისტਰ ਬੜਾ ਖੁਸ਼ ਹੋਇਆ ਹੋਣਾ ਹੈ ਕਿਉਂਕਿ ਜਿਹੜਾ ਉਥੋਂ ਦਾ ਉਹਨਾਂ ਦੀ ਪਾਰਟੀ ਹੈ ਜਿਹੜੀ ਵਿਰੋਧੀ ਪਾਰਟੀ ਲੀਡਰ ਆਫ اپੋਜੀਸ਼ਨ ਨੇ ਇਹ ਕਿਹਾ ਕਿ ਜਦੋਂ ਸਾਡਾ ਰਾਜ ਆਏਗਾ ਤੇ ਅਸੀਂ ਤੁਹਾਡੇ ਨਾਲ ਬੜੇ ਪ੍ਰੋਫੈਸ਼ਨਲੀ ਰਿਸ਼ਤੇ ਰੱਖਾਂਗੇ ਹੂੰ ਉਹਦਾ ਨਾਮ ਹੈਗਾ ਪੀਰੀ ਪੋਲ ਬੀਅਰ ਲੀਡਰ ਆਫ اپੋਜੀਸ਼ਨ ਹੈ ਉਹਨਾਂ ਦੀ ਲੀਡਿੰਗ ਕੈਨੇਡਾ ਦੀ ਪਾਰਟੀ ਆ ਉਹਦਾ ਲੀਡਰ ਹੈ ਜੇਕਰ ਉਹਨਾਂ ਦਾ ਰਾਜ ਆਇਆ ਤੇ ਉਹ ਪ੍ਰਾਈਮ ਮਿਨਿਸਟਰ ਬਣੇਗਾ ਉਹਨੇ ਸਟੇਟਮੈਂਟ ਦਿੱਤੀ ਹੈ ਵੀ ਜਿਹੜਾ ਇਹ ਕੰਮ ਕੀਤਾ ਨਾ ਥਰੂਡਰ ਨੇ ਜਸਟਿਸ ਥਰੂਡਰ ਇਹ ਬੜਾ ਬਚਕਾਨਾ ਜਿਹਾ ਕੀਤਾ ਅਨਪ੍ਰੋਫੈਸ਼ਨਲ ਕੀਤਾ ਤੇ ਮੈਂ ਇਦਾਂ ਦਾ ਨਹੀਂ ਕਰਨਾ ਇਦਾਂ ਦੇ ਸਿਸਟਮ ਹੈ ਪ੍ਰੋਫੈਸ਼ਨਲ ਤੇ ਮੈਂ ਭਾਰਤ ਨਾਲ ਰਿਸ਼ਤੇ ਮੋਦੀ ਰੱਖਾਂਗਾ ਪ੍ਰੋਫੈਸ਼ਨ ਲੱਖਾਂਗਾ ਸੋ ਜਿਹੜੀ ਆਖਰੀ ਆਸ ਦੀ ਕਿਰਨ ਆਈ ਹੈ ਉਹ ਮੋਦੀ ਸਰਕਾਰ ਲਈ ਉਹ ਕੈਨੇਡਾ ਦੇ ਲੀਡਰ ਆ ਆਪੋਜੀਸ਼ਨ ਤੋਂ ਆਏ ਜੀ ਤੁਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ